ਮੋਰਿਟਾ ਵਿੱਚ ਨਵੇਂ ਖੋਲ੍ਹੇ ਗਏ ਦੀਪਕ ਛਾਬੜਾ ਵੱਲੋਂ ਅਲਟੀਮੇਟ ਡਰੀ ਮਰਦ ਸਪਲੀਮੈਂਟ ਸਟੋਰ ਦਾ ਉਦਘਾਟਨ ਨੇਹਾ ਸਿੰਘ ਅਤੇ ਪ੍ਰੀਤੀ ਸਿੰਘ ਨੇ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਹੋਏ। ਨੇਹਾ ਸਿੰਘ ਅਤੇ ਪ੍ਰੀਤੀ ਸਿੰਘ ਨੇ ਕਿਹਾ ਕਿ ਕਈ ਨੌਜਵਾਨ ਘਟਿਆ ਸਪਲੀਮੈਂਟ ਖਾ ਕੇ ਆਪਣੇ ਸਰੀਰ ਨੂੰ ਜਲਦੀ ਤੰਦਰੁਸਤ ਬਣਾਉਣ ਲਈ ਸੋਚਦੇ ਹਨ, ਪਰ ਉਲਟਾ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਉਹਨਾਂ ਨੌਜਵਾਨਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਵਧੀਆ ਕੰਪਨੀ ਦੇ ਸਪਲੀਮੈਂਟ ਖਾਣ ਨਾਲ ਅਤੇ ਚੰਗੇ ਕੋਚ ਦੇ ਦੱਸਣ ਅਨੁਸਾਰ ਕਸਰਤ ਕਰਨ ਨਾਲ ਚੰਗੀ ਅਤੇ ਤੰਦਰੁਸਤ ਸਿਹਤ ਬਣ ਸਕਦੀ ਹੈ। ਤੁਹਾਨੂੰ ਸਾਰਿਆਂ ਨੂੰ ਅਸੀਂ ਇੱਕ ਚੀਜ਼ ਦੱਸਣਾ ਚਾਹੂੰਗਾ। ਐਕਚੁਅਲੀ ਕਿਹਾ ਇਸ ਟਾਈਮ ਫਿਟਨੈਸ ਇੰਡਸਟਰੀ ਵਿੱਚ ਸਪਲੀਮੈਂਟਸ ਬਹੁਤ ਜ਼ਿਆਦਾ ਗਰੋ ਕਰਦਾ ਹੈ। ਹਰ ਬੰਦਾ ਚਾਹੁੰਦਾ ਹੈ ਕਿ ਮੈਂ ਸਪਲੀਮੈਂਟਸ ਖਾਵਾਂ, ਬੋਡੀ ਬਣਾਵਾਂ, ਬਟ ਇੱਕ ਚੀਜ਼ ਹੈ ਉਹ ਦੋ ਚੀਜ਼ਾਂ ਨੂੰ ਫਿਲਅਪ ਕਰ ਰਹੇ ਹਾਂ। ਪਹਿਲੀ ਚੀਜ਼, ਸਪਲੀਮੈਂਟ ਜੈਨੂਅਨ ਹੋਣਾ ਬਹੁਤ ਜ਼ਰੂਰੀ ਹੈ, ਔਰ ਦੂਸਰੀ ਚੀਜ਼ ਉਹ ਸਪਲੀਮੈਂਟ ਤੁਸੀਂ ਕਿੱਥੋਂ ਲੈ ਰਹੇ ਹੋ ਇਹ ਵੀ ਮੇਰੇ ਨਾਲ ਬਹੁਤ ਜ਼ਰੂਰੀ ਹੈ। ਸਭ ਤੋਂ ਵੱਡੀ ਗੱਲ ਹੈ ਕੰਪਨੀ, ਕਿਉਂਕਿ ਕੰਪਨੀ ਦਾ ਫਿਰ ਕੀ ਹੈ, ਐਕਚੁਅਲੀ ਜਿਹੜਾ ਤੁਸੀਂ ਸਪਲੀਮੈਂਟ ਲਓਗੇ ਉਸ ਵਿੱਚ ਇੱਕ ਤਾਂ ਸਟੀਰਾਇਡ ਨਹੀਂ ਹੋਣਾ ਚਾਹੀਦਾ, ਦੂਸਰੀ ਚੀਜ਼ ਉਹ ਗਲੂਟਨ ਫ੍ਰੀ ਹੋਣਾ ਚਾਹੀਦਾ। ਔਰ ਇਹ ਚੀਜ਼ ਸਾਡੇ ਐਕਸਲੈਂਟ ਨਿਊਟ੍ਰੀਸ਼ਨ ਵਿੱਚ ਹੈ। ਕੋਈ ਵੀ ਬ੍ਰਾਂਡ ਤੁਸੀਂ ਲੈ ਲਓ, ਟੈਸਟੋਐਕਸ ਹੈ, ਟੈਸਟੋਸਟੇਰੋਨ ਬੂਸਟਰ ਹੈ, ਬਿਲਕੁਲ ਨੈਚੁਰਲ ਹੈ, ਰੈਗੂਲਸ ਹੈ, ਅਸ਼ਵਗੰਧਾ ਹੈ, ਤੁਸੀਂ ਬਾਕੀ ਲਓ, ਟੈਸਟੋਸਟੇਰੋਨ ਇੰਜੈਕਸ਼ਨ ਆਉਂਦੇ ਆ, ਲੇਕਿਨ ਉਹ ਨਹੀਂ ਲੈਣੇ ਚਾਹੀਦੇ, ਬਿਕੋਜ਼ ਵਿਦ ਦ ਟੈਸਟੋਸ ਆਫ ਏਜ ਉਹ ਤੁਹਾਡੀ ਨਰਵਸ ਇਫੈਕਟ ਕਰਦੇ ਆ, ਤੁਹਾਡੇ ਮਸਕੂਲਰ ਸਕੇਲੇਟਸ ਤੋਂ ਇਫੈਕਟ ਕਰਦੇ ਆ, ਤੁਹਾਡਾ ਸਕੇਲੇਟਲ ਸਿਸਟਮ ਇਫੈਕਟ ਕਰਦੇ ਆ, ਬਿਕੋਜ਼ ਆਉਣ ਵਾਲੇ ਟਾਈਮ ਇਹ ਓਸਟੀਓਆਰਥਰਾਈਟਿਸ ਦੀ ਪ੍ਰੋਬਲਮ ਹੋ ਸਕਦੀ ਹੈ। ਸਟੋਨਸ ਬਣ ਜਾਂਦੇ ਆ ਜੋ ਬੰਦੇ ਮਾਸ ਗੈਂਡਰ ਖਾਂਦੇ ਆ, ਇੱਕ ਨਕਲੀ ਕੰਪਨੀ ਦੇ ਜੋ ਲੋਕਲ ਕਿਸੇ ਅੱਛੇ ਬੋਡੀ ਬਿਲਡਰ ਨੂੰ ਸਪੋਂਸਰ ਕਰ ਲੈਂਦੇ ਆ ਕਿ ਯਾਰ ਇਹ ਬੰਦਾ ਠੀਕ ਹੈ, ਸਾਡਾ ਬ੍ਰਾਂਡ ਵਿਕਵਾ ਦੇਗਾ। ਲੇਕਿਨ ਜੋ ਬ੍ਰਾਂਡ ਐਬਸੋਲਿਊਟ ਟ੍ਰੈਡੀਸ਼ਨ ਦੇ ਰਿਹਾ ਹੈ, ਜੋ ਬ੍ਰਾਂਡ ਜੋ ਜੈਨੂਅਨ ਇਹਨਾਂ ਦੇ ਬ੍ਰਾਂਡਸ ਹੈ, ਮੈਨੂੰ ਵੀ ਲੱਗਦਾ ਕਿਤੇ ਹੋਰ ਹੋਇਆ। ਔਥੈਂਟਿਸਿਟੀ, ਸੈਕਿੰਡ ਟੂ ਮੈਂ ਤੁਹਾਨੂੰ ਦੱਸਿਆ, ਔਥੈਂਟਿਸਿਟੀ ਬਹੁਤ ਮੈਟਰ ਕਰਦੀ ਹੈ। ਤੁਸੀਂ ਕੋਈ ਵੀ ਪ੍ਰੋਡਕਟ ਖਾਓ, ਇਹਨਾਂ ਦਾ ਕੋਈ ਪ੍ਰੋਡਕਟ ਲਓਗੇ, ਹਰੇਕ ਦੇ ਉੱਪਰ ਇੱਕ ਕੋਡ ਹੁੰਦਾ, ਤੁਸੀਂ ਉਹ ਕੋਡ ਐਸਐਮਐਸ ਕਰ ਸਕਦੇ ਹੋ ਜਾਂ ਤੁਸੀਂ ਪਾਸਪੋਰਟ ਸਕੈਨ ਕਰ ਸਕਦੇ ਹੋ। ਬਿਲਕੁਲ ਜੈਨੂਅਨ ਪ੍ਰੋਡਕਟ ਹੈ, ਬਿਲਕੁਲ ਜੈਨੂਅਨ ਪ੍ਰੋਡਕਟ ਫਰੈਂਡਸ, ਡੂ ਟ੍ਰਸਟ ਮੀ। ਕੋਈ ਵੇ ਪ੍ਰੋਟੀਨ ਲੈ ਲਓ, ਕੋਈ ਮਾਸ ਗੰਡਰ ਲੈ ਲਓ, ਕੋਈ ਕ੍ਰੀਟਾਇਨ ਲੈ ਲਓ, ਕੋਈ ਟੈਸਟ ਬੂਸਟ ਲੈ ਲਓ, ਬੀਸੀ ਡਬਲ ਲੈ ਲਓ, ਲੇਕਿਨ ਉਹ ਇੱਕ ਅੱਛੀ ਕੰਪਨੀ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਹਾਨੂੰ ਸਭ ਨੂੰ ਇੱਕ ਚੀਜ਼ ਜ਼ਰੂਰ ਅਵੇਅਰ ਕਰਾਂਗਾ, ਕੋਈ ਵੀ ਪ੍ਰੋਡਕਟ ਲਓ, ਜੈਨੂਅਨ ਲਓ, ਔਰ ਡੂ ਟ੍ਰਾਈ ਐਬਸੋਲਿਊਟ ਟ੍ਰੈਡੀਸ਼ਨ। ਇੱਕ ਵਾਰ ਟ੍ਰਾਈ ਕਰਕੇ ਦੇਖੋ, ਮੇਰੇ ਫਰੈਂਡ ਬਿਲੀਵ ਮੀ, ਤੁਸੀਂ ਦੁਬਾਰਾ ਜ਼ਰੂਰ ਲਓਗੇ। ਸਰ, ਕਈ ਨੌਜਵਾਨ ਪੈਸੇ ਦੇ ਲਾਲ ਵਿੱਚ ਘਟੀਆ ਮਟੀਰੀਅਲ ਖਾਂਦੇ ਆ ਤੇ ਉਹਨਾਂ ਦੇ ਕਈਆਂ ਦੀ ਮੌਤ ਵੀ ਹੋਈ ਹੈ, ਕੀ ਕਾਰਨ ਆ ਉਹਨਾਂ 'ਚ? ਮੌਤ ਹੋਣ ਦੇ ਕਾਰਨ ਕਾਫੀ ਮੁੰਡੇ ਐਕਚੁਅਲੀ ਸਾਡੇ ਕਹਿੰਦੇ ਕਿ ਸਾਡੀ ਬੋਡੀ ਜਲਦੀ ਤੋਂ ਜਲਦੀ ਬਣ ਜਾਂਦੀ। ਜੋ ਅੱਛੇ ਬ੍ਰਾਂਡ ਹੁੰਦੇ ਆ ਉਹਨਾਂ ਨੂੰ ਟਾਈਮ ਲੱਗਦਾ ਇੱਕ ਬੋਡੀ ਨੂੰ, ਸਟਰਕਚਰ ਨੂੰ ਤਿਆਰ ਕਰਨ ਲਈ। ਤੁਸੀਂ ਪ੍ਰੋਫੈਸ਼ਨਲ ਬੋਲੀਵੁੱਡ ਦੇਖੋ, ਜੋ ਇਸ ਕੰਪਨੀ ਦਾ ਸਪੋਂਸਰ ਕੀਤਾ ਸਾਡੇ ਸੰਗਰਾਮ ਚੁਗਲੇ ਜੀ ਹੈ, ਤੁਸੀਂ ਉਹਨਾਂ ਦੀ ਇੱਕ ਬਿਫੋਰ ਵਿੱਚ ਦੇਖੋ, ਬੋਲੀਵਿਲਡਿੰਗ ਸਟਾਰਟ ਕਰਨ ਤੋਂ ਪਹਿਲਾਂ ਉਹ ਸਾਡੇ ਵਰਗੇ ਸੀਗੇ, ਉਹਨਾਂ ਮੁੰਡਿਆਂ ਵਰਗੀ ਇਹ ਜਿਹੜੇ ਬੋਡੀ ਬਣਾਉਣਾ ਚਾਹੁੰਦੇ ਆ। ਲੇਕਿਨ ਉਹਨਾਂ ਨੇ ਇੱਕ ਅੱਛੀ ਡਾਇਟ ਇਨਵੋਲਵ ਕੀਤੀ, ਅੱਛੀ ਕੋਚ ਤੋਂ ਟ੍ਰੇਨਿੰਗ ਲਈ, ਔਰ ਅੱਛੇ ਸਪਲੀਮੈਂਟਸ ਲਏ, ਉਹ ਸਪਲੀਮੈਂਟ ਜੈਨੂਅਨ ਲਏ। ਕੋਈ ਕਿਸੇ ਹੋਰ ਬੋਡੀ ਬਿਲਡਰ ਮਦਰ ਲਾ ਕੇ ਨਹੀਂ ਲਏ, ਚਲੋ ਠੀਕ ਹੈ, ਅੱਛਾ ਸਪਲੀਮੈਂਟ ਹੈ, ਤੁਸੀਂ ਲੈ ਲਓ। ਮੌਤਾਂ ਹੋਣ ਦਾ ਕਾਰਨ ਕੀ ਹੋਇਆ? ਮੌਤਾਂ ਹੋਣ ਦਾ ਕਾਰਨ ਕੀ ਹੈ? ਜਿਹੜਾ ਨਕਲੀ ਸਪਲੀਮੈਂਟਸ ਹੈ, ਜੋ ਔਥੈਂਟਿਕ ਨਹੀਂ ਹੈ, ਜੈਨੂਅਨ ਨਹੀਂ ਹੈ, ਜਿਹੜੇ ਅੰਦਰ ਸਟੀਰੋਇਡਸ ਮਿਲ ਗਏ। ਸਟੀਰੋਇਡਸ ਡਾਕਟਰ ਦੀ ਗਾਈਡੈਂਸ ਦੇ ਅੰਡਰ ਲਿਆ ਜਾਣ, ਉਹ ਹੈਲਥ ਸੇਵਿੰਗ ਡਰੱਗਸ ਹੈ, ਲੇਕਿਨ ਅਗਰ ਡਾਕਟਰ ਦੀ ਗਾਈਡੈਂਸ ਅੰਡਰ ਲੈ ਜਾਣ ਤਾਂ। ਲੇਕਿਨ ਜਦ ਤੁਸੀਂ ਕਿਸੇ ਹੋਰ ਕੋਚ ਦੇ ਮਗਰ ਲਾ ਕੇ ਸਪਲੀਮੈਂਟਸ ਲੈ ਲੈਂਦੇ ਹੋ, ਬੋਡੀ ਇਫੈਕਟ ਕਰਦਾ, ਪਥਰੀ ਹੋ ਜਾਂਦੀਆਂ, ਤੁਹਾਡੀ ਆਰਟਰੀਜ਼ ਬਲੋਕ ਕਰ ਦਿੰਦੀਆਂ, ਜਾਂ ਆਰਟਰੀਜ਼ ਬਲੋਕ ਹੋ ਜੀ, ਕੋਲੈਸਟਰੋਲ ਲੈਵਲ ਵੱਧ ਜਾਂਦਾ, ਕੋਲੈਸਟਰੋਲ ਹੋ ਕੇ ਵੱਧ ਕੇ ਤੁਹਾਡਾ ਕਦੀ ਵੀ ਤੁਹਾਡੀ ਮੌਤ ਹੋ ਸਕਦੀ ਹੈ। ਹਾਰਟ ਅਟੈਕ ਹੋ ਸਕਦਾ ਤੁਹਾਨੂੰ, ਤੁਹਾਡਾ ਬੀ ਪੀ ਵੀ ਫਲੈਕਚਰ ਹੋ ਸਕਦਾ, ਤੁਸੀਂ ਬੀ ਪੀ ਡਾਊਨ ਹੋ ਸਕਦਾ। ਫਰੈਂਡਸ, ਮੈਂ ਤੁਹਾਨੂੰ ਇਹ ਸਜੈਸਟ ਕਰੋ, ਜਦ ਵੀ ਲਓ ਇੱਕ ਅੱਛਾ ਬ੍ਰਾਂਡ ਲਓ, ਐਬਸੋਲਿਊਟ ਨਿਊਟ੍ਰੀਸ਼ਨ ਜ਼ਰੂਰ ਟਰਾਈ ਕਰੋ, ਬਿਲੀਵ ਮੀ, ਤੁਹਾਨੂੰ ਰਿਜ਼ਲਟ ਮਿਲਣਗੇ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪ੍ਰਿਆ ਸਿੰਘ ਹੈ, ਮੇਰਾ ਨਾਮ ਪ੍ਰੀਤੀ ਸਿੰਘ ਹੈ। ਹਾਂ, ਤਾਂ ਹਮ ਲੋਕ ਫਿਟਨੈਸ ਅਥਲੀਟ ਹੈ, ਕਾਫੀ ਸਾਲੋਂ ਸੇ ਫਿਟਨੈਸ ਇੰਡਸਟਰੀ ਮੇ ਹੈ, ਔਰ ਹਮ ਤੋ ਡੋਰੀਜ਼ ਵੀ ਕਰ ਚੁੱਕੇ ਹੈ। ਹਮ ਲੋਕ ਸ਼ੁਰੂ ਸੇ ਹੀ ਅਲਟੀਮੇਟ ਡ੍ਰੀਮਰਸ ਕੇ ਸਾਥ ਜੁੜਾ ਹੈ, ਜਬ ਇਨ੍ਹੋਂ ਨੇ ਸ਼ੁਰੂ ਵੀ ਨਹੀਂ ਕਿਆ ਥਾ ਇਸ ਇੰਡਸਟਰੀ ਮੇ ਫਿਟਨੈਸ ਮੇ, ਕਿਉਂਕਿ ਇਨਕੀ ਫਾਰਮੇਸੀ ਹੈ, ਤੋ ਟ੍ਰਸਟ ਇਨਕੇ ਪਾਸ ਮੇਰਾ ਇਹ ਗਿਆ ਥਾ ਕਿ ਜੈਨੂਅਨ ਸਪਲੀਮੈਂਟਸ ਮਿਲੇਗੇ। ਜੋ ਸਪਲੀਮੈਂਟਸ ਹੋ ਕੇ ਬੋਡੀ ਬਿਲਡਿੰਗ ਲਈ ਲੋਕ ਯੂਜ਼ ਕਰਦੇ ਹੈ, ਬਾਹਰ ਆਪਕੋ ਫੇਕ ਮਿਲੇਗੇ, ਕਹੀਂ ਸੇ ਵੀ ਮਤ ਖਰੀਦੇ। ਇਸ ਇਵਨ ਫਾਰਮੇਸੀ ਵੀ ਅਗਰ ਇੱਕ ਡਿਗਰੀ ਵੀ ਅਗਰ तो आप सोच सकते हैं कि सप्लीमेंट्स कितना जेन्युइन होगा। आप चाहो तो कभी भी हमारा इंस्टाग्राम पेज है, कहीं भी देख सकते हैं कि वी बोथ एक्चुअली प्रमोट दिस स्टोर, कि बाहर से कोई भी सप्लीमेंट ब्रांड फेक लेने के बाद अपनी बॉडी खराब करने से बेटर है कि अल्टीमेट स्टोर, जिनका मोरिटा में नया स्टोर ओपन हुआ है, इनॉग्रेशन के लिए हम आए हैं, वहाँ आइए, जेन्युइन सप्लीमेंट्स मिलेंगे, अच्छे रेट पर मिलेंगे, जो भी सप्लीमेंट आपको चाहिए।